23 ਮਾਰਚ ਸਾਡੇ ਪਾਕਿਸਤਾਨ ਦਾ ਇੱਕ ਤਾਰੀਖੀ ਦਿਨ ਹੈ ਜਿਹਦੇ ਬਾਰੇ ਅਸੀਂ ਹਰ ਸਾਲ ਮਨਾਉਂਦੇ ਵੀ ਹਾਂ ਔਰ ਇਹ ਸਾਡੇ ਬਜ਼ੁਰਗਾਂ ਵੱਡਿਆਂ ਨੇ ਇਸ ਤਾਰੀਖ ਨੂੰ ਸਾਡੇ ਪਾਕਿਸਤਾਨ ਦੇ ਬਾਰੇ ਸੋਚਿਆ ਗੱਲਬਾਤ ਕੀਤੀ ਔਰ ਬੜੀਆਂ ਲੰਮੀ ਇੱਥੇ ਆਣ ਕੇ ਯਾਦਗਾਰੀ ਪਾਕਿਸਤਾਨ ਜਿੱਥੇ ਬਣਿਆ ਹੋਇਆ ਇੱਥੇ ਉਹਨਾਂ ਨੇ ਆਣ ਕੇ ਜੱਸਾ ਕਾਇਦ ਆਜ਼ਮ ਸਭ ਨੇ ਕੀਤਾ ਸੀ ਲਿਹਾਜ਼ਾ ਇਸ ਦਿਨ ਨੂੰ ਅਹਿਮੀਅਤ ਦੇਣੀ ਚਾਹੀਦੀ ਔਰ ਇਹਨੂੰ ਯਾਦ ਰੱਖਣਾ ਚਾਹੀਦਾ ਰੱਬ ਰੱਖਾ ਜਿੰਦੇ ਰਹੋ।